ਨਾ ਜਜ਼ਬਾਤਾਂ ਦਾ ਕੋਈ ਘਾਟਾ, ਨਾ ਮੁਹੱਬਤ ਦੀ ਕੋਈ ਤੋਟ। ਅੱਜ ਮਹਿਫਿਲ ਲੈ ਕੇ ਆਇਆ ਪਿੰਡ ਸੰਧਵਾ, ਜ਼ਿਲ੍ਹਾ ਫਰੀਦਕੋਟ। ਦੋਸਤੋ, ਉਹ ਪਿੰਡ ਜਿਹੜਾ ਸਰਦਾਰ ਗਿਆਨੀ ਜੈਲ ਸਿੰਘ ਜੀ ਦੇ ਨਾਲ ਜੁੜਿਆ ਹੋਇਆ। ਆਓ ਦੋਸਤੋ, ਪਿੰਡ ਵਿਚਾਲੇ ਚੱਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਵੇਖਦੇ ਹਾਂ ਪਿੰਡ ਦੇ ਵਿੱਚ ਕੀ ਟੈਲੈਂਟ ਹੈਗਾ, ਅਤੇ ਸਜਾਉਂਦੇ ਹਾਂ ਮਹਿਫਿਲ ਮਿੱਤਰਾਂ ਦੀ। ਚੱਕਦੇ ਬਾਈ ਪਿੰਡ ਸੰਧਵਾ ਵਾਲਿਓ, ਬੁਲਾਓ ਇੱਕ ਵਾਰੀ ਪਿਆਰ ਭਰੀ। ਸਤਿ ਸ਼੍ਰੀ ਅਕਾਲ। ਕੀ ਸ਼ੁਭ ਨਾਮ ਆਪ ਜੀ ਦਾ? ਅੰਗਰੇਜ਼ ਸਿੰਘ ਜੀ। ਨਾ ਹੀ ਅੰਗਰੇਜ਼? ਹਾਂਜੀ। ਅੱਛਾ, ਗੱਲ ਆਪਾਂ ਫਿਰ ਅੰਗਰੇਜ਼ੀ 'ਚ ਕਰੀਏ, ਪੰਜਾਬੀ 'ਚ ਕਰੀਏ? ਪੰਜਾਬੀ 'ਚ ਹੁਣ ਤਾਂ ਅੰਗਰੇਜ਼ੀ 'ਚ ਕਰਾਂਗੇ, ਖੜ ਜਾਓ ਜੀ। ਸੋ ਮਿਸਟਰ ਇੰਗਲਿਸ਼ ਸਿੰਘ, ਹਾਊ ਆਰ ਯੂ? ਮਾਈ ਨੇਮ ਇਜ਼ ਅੰਗਰੇਜ਼ ਸਿੰਘ। ਇੰਗਲਿਸ਼ ਸਿੰਘ ਜੀ, ਤੁਹਾਡੇ ਕੀ ਹਾਲ ਚਾਲ ਨੇ? ਬਹੁਤ ਵਧੀਆ ਹਾਲ ਚਾਲ ਹੈ। ਮਤਲਬ ਮੰਨ ਗਿਆ ਹੋ ਕਿ ਨਾ ਇੰਗਲਿਸ਼ ਸਿੰਘ ਹੈਗਾ, ਕਦੋਂ ਢੀਠ ਹੋ ਗਿਆ, ਕਰਾਂ ਕੀ ਮੈਂ? ਓਕੇ, ਟੈਲ ਅਸ ਸਮਥਿੰਗ ਅਬਾਊਟ ਯੋਰ ਵਿਲੇਜ। ਇਹ ਪਿੰਡ ਸੰਧਵਾ ਜੀ ਜੀ, ਗਿਆਨੀ ਜੈਲ ਸਿੰਘ, ਸਾਬਕਾ ਰਾਸ਼ਟਰਪਤੀ ਜੀ। ਅਤੇ ਇੱਕ ਇਤਿਹਾਸ ਸਾਡੇ ਪਿੰਡ ਦਾ ਉਹ ਆ, ਇੱਕ ਟਾਈਮ 'ਤੇ ਪੰਜਾਬ ਦੇ ਮੁੱਖ ਮੰਤਰੀ ਵੀ ਗਿਆਨੀ ਜੈਲ ਸਿੰਘ ਸਨ, ਅਤੇ ਆਪੋਜੀਸ਼ਨ ਲੀਡਰ ਸੀ ਸਵਰਗੀ ਜਸਵਿੰਦਰ ਸਿੰਘ ਬਰਾੜ ਸੀ ਅਕਾਲੀ ਦਲ ਵੱਲੋਂ। ਇੰਡੀਆ ਦਾ ਇਹ ਸਭ ਤੋਂ ਇਤਿਹਾਸਿਕ ਪਿੰਡ ਆ, ਅਤੇ ਸਾਡਾ ਪਿੰਡ ਆ ਜੋ ਆਪਸ ਵਿੱਚ ਰਲ ਮਿਲ ਕੇ ਰਹਿੰਦਾ, ਵੋਟਾਂ ਦੇ ਟਾਈਮ ਹੀ ਪਾਰਟੀਬਾਜ਼ੀ ਹੁੰਦੀ ਆ। ਠੀਕ। ਉਸ ਤੋਂ ਉਪਰੰਤ ਸਾਰੇ ਆਪਸ ਵਿੱਚ ਰਲ ਮਿਲ ਕੇ ਜੋ ਵਿਕਾਸ ਕਰਨਾ, ਜੋ ਕੰਮ ਧੰਦਾ ਕਰਨਾ, ਸਭ ਨੇ ਰਲ ਮਿਲ ਕੇ ਕਰਨਾ। ਇੱਥੇ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ। ਤਾਂ ਬੋਰ ਜੇ ਨਹੀਂ ਹੋ ਜਾਂਦੇ ਫਿਰ? ਨਹੀਂ ਕੋਈ ਨਹੀਂ, ਜਿੱਦਾਂ ਵੋਟਾਂ ਪੈਂਦੀਆਂ ਸਿਰਫ ਉਸੇ ਟਾਈਮ ਹੀ ਉਦੋਂ ਵੱਖੋ ਵੱਖਰੇ ਹੁੰਦੇ ਆ ਜਦੋਂ ਵੋਟਾਂ ਪੈ ਗਈਆਂ, ਉਸ ਤੋਂ ਉਪਰੰਤ ਸਾਰੇ ਇਕੱਠੇ ਹੋ ਕੇ ਘਰੇ ਆਉਂਦੇ ਆ। ਸਾਰੇ ਇਕੱਠੇ ਹੋ ਕੇ ਘਰ ਆਉਂਦੇ, ਭਾਵੇਂ ਸਰਪੰਚੀ ਦਾ ਇਲੈਕਸ਼ਨ ਹੋਵੇ, ਭਾਵੇਂ MLA ਦਾ ਇਲੈਕਸ਼ਨ ਹੋਵੇ, ਸਾਰੇ ਇਕੱਠੇ ਹੋ ਕੇ ਘਰੇ ਆਉਂਦੇ। ਕੀ ਸ਼ੁਭ ਨਾਮ ਹੈ ਜੀ ਆਪ ਜੀ ਦਾ? ਮੇਰਾ ਨਾਮ ਡਾਕਟਰ ਪਿੰਟ ਹੈ ਜੀ। ਅਤੇ ਡਾਕਟਰ ਸਾਹਿਬ, ਪਿੰਡ ਦੇ ਵਿੱਚ ਡਾਕਟਰੀ ਕਰਦੇ ਹੈਗੇ ਹੋ, ਕਿੱਦਾਂ ਦੇ ਪੇਸ਼ੈਂਟ ਟੱਕਰਦੇ ਨੇ? ਪੇਸ਼ੈਂਟ ਤਾਂ ਤਰ੍ਹਾਂ ਤਰ੍ਹਾਂ ਟੱਕਰਦੇ ਜੀ। ਕੋਈ ਇੱਕ ਇੱਦਾਂ ਦਾ ਸਾਨੂੰ ਕਿੱਸਾ ਸੁਣਾਇਓ ਜਿਹਦੇ ਵਿੱਚ ਕੋਈ ਪੇਸ਼ੈਂਟ ਗਰਾਰੀ ਅੜ ਗਈ ਹੋਵੇ ਜਿਹਦੀ? ਨਹੀਂ ਨਹੀਂ, ਗਰਾਰੀ ਤਾਂ ਨਹੀਂ ਅੜਦੇ। ਨਹੀਂ ਅੜਦੇ? ਗਰਾਰੀ ਨਹੀਂ ਅੜਦੇ, ਸੂਤ ਲਿਆ ਦਿੰਦੇ ਹੋ? ਹਾਂ। ਕਦੋਂ ਤੋਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਆ? ਮੈਨੂੰ ਕਮ ਸੇ ਕਮ 15-20 ਸਾਲ। 20 ਸਾਲ ਹੋ ਗਏ। ਅਤੇ ਪਿੰਡਾਂ ਦੇ ਵਿੱਚ ਡਾਕਟਰੀ ਕਰਨ ਦੇ ਵਿੱਚ ਅਤੇ ਸ਼ਹਿਰੀ ਡਾਕਟਰੀ ਦੇ ਵਿੱਚ ਕੀ ਫਰਕ ਹੈਗਾ ਜੀ, ਇਸ ਬਾਰੇ ਕੋਈ ਚਾਨਣ ਪਾਇਓ? ਫਰਕ ਇਹ ਹੈ ਜੀ, ਕਹਿੰਦਾ ਗਰੀਬ ਜਨਤਾ ਪਿੰਡਾਂ 'ਚ ਰਹਿੰਦੀ ਹੈ, ਉਹ ਉਹਦਾ ਸਸਤਾ ਇਲਾਜ ਕਰਵਾ ਲੈਂਦੀ ਹੈ। ਇਹੀ ਕਹਿੰਦਾ ਡਿਫਰੈਂਸ ਹੈ ਸ਼ਹਿਰ ਅਤੇ ਪਿੰਡ ਦਾ। ਤੁਸੀਂ ਕਹਿੰਦੇ ਹੋ ਗਰੀਬ ਜਨਤਾ ਰਹਿੰਦੀ ਆ, ਗੀਤਾਂ ਦੇ ਵਿੱਚ ਵੇਖੋ ਤਾਂ ਪਿੰਡਾਂ ਵਾਲੀ ਟੌਰ ਬਹੁਤ ਹੁੰਦੀ ਆ। ਨਹੀਂ ਨਹੀਂ, ਉਹ ਵੱਖਰਾ ਫੰਕ ਚੀਜ਼ ਹੈ, ਕਹਿੰਦਾ ਮਤਲਬ ਜਿਹੜੀ ਪਿੰਡਾਂ 'ਚ ਗਰੀਬ ਜਨਤਾ ਜ਼ਿਆਦਾ। ਅੱਛਾ, ਅਤੇ ਇਲਾਜ ਕਰਨ ਵੇਲੇ ਵੀ ਫਿਰ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ? ਬਹੁਤ ਜ਼ਿਆਦਾ। ਅਤੇ ਆਪਣਾ ਕਲੀਨਿਕ 24 ਘੰਟੇ ਚੱਲਦਾ ਜਾਂ ਫਿਰ ਬੰਨਿਆ ਹੋਇਆ ਟਾਈਮ? 24 ਆਵਰਸ। 24 ਆਵਰਸ। ਜਿਹਨੇ ਟੀਕਾ ਲਵਾਉਣਾ ਹੋਵੇ ਆ ਕੇ ਜਦੋਂ ਮਰਜ਼ੀ ਲਵਾ ਲਓ। ਡਾਕਟਰ ਸਾਹਿਬ ਨੇ ਤਾਲੀਆਂ ਮਾਰ ਦਿਓ ਬਈ। ਕੀ ਨਾਂ ਦੱਸਿਆ ਸੀਗਾ ਜੀ? ਕਾਕਾ ਸਿੰਘ। ਨਾਈ ਕਾਕਾ ਸਿੰਘ? ਹਾਂਜੀ। ਕਿੰਨੀ ਕੁ ਉਮਰ ਹੋ ਗਈ ਬਾਬਾ ਜੀ? 73 ਸਾਲ ਹੈਗੀ। 73 ਸਾਲ? ਹਾਂਜੀ। ਪਹਿਲੀ ਵਾਰ 73 ਸਾਲ ਦਾ ਕਾਕਾ ਵੇਖਿਆ। ਤੁਸੀਂ ਜਦੋਂ ਪੁਰਾਣੇ ਵੇਲਿਆਂ 'ਚ ਜਨਮ ਲਿਆ ਹੋਣਾ, ਵੀ ਘਰੇ ਕਾਕਾ ਹੋਇਆ, ਹੈ ਸਕੂਲ 'ਚ ਐਡਮਿਸ਼ਨ ਕਰਾਇਆ, ਵੀ ਕਾਕੇ ਦਾ ਐਡਮਿਸ਼ਨ ਕਰਾ ਦਿਓ, ਕਾਕਾ ਵੱਡਾ ਹੋ ਗਿਆ, ਕਾਕੇ ਦਾ ਵਿਆਹ ਕਰਾ ਦਿਓ, ਕਾਕੇ ਦੇ ਮੁੰਡੇ ਹੋ ਗਏ, ਅੱਗੇ ਕਾਕੇ ਦੇ ਪੋਤੇ ਹੋ ਗਏ, ਤੁਸੀਂ ਅਜੇ ਵੀ ਕਾਕਾ ਹੀ ਚਲੀ ਜਾਂਦੇ? ਠੀਕ, ਜਿਹੜਾ ਮਾਂ ਪਿਓ ਨਾਂ ਰੱਖਦਾ ਉਹੀ ਚੱਲਣਾ ਬਾਈ। ਪਿੰਡ ਵਾਲਿਆਂ ਲਈ ਤਾਲੀਆਂ, ਜਿਹੜਾ ਕਾਕਾ ਜੀ ਨੂੰ ਸਰਪੰਚ ਬਣਾਇਆ ਹੋਇਆ। ਜੇ ਤਾਂ ਕੋਈ ਪਰੇਸ਼ਾਨੀ ਪਿੰਡ 'ਚ ਖੜ ਜੇ, ਹੈ ਨਾ, ਬੰਦਾ ਸਰਪੰਚ ਕੋਲ ਜਾਂਦਾ ਕਿ ਸਰਪੰਚ ਸਾਹਿਬ ਇਸ ਗੱਲ ਦਾ ਆਪਾਂ ਹੱਲ ਲੱਭਣਾ, ਸਰਪੰਚ ਸਾਹਿਬ ਦੇ ਕੋਲ ਜੇ ਤਾਂ ਹੱਲ ਹੈਗਾ ਤਾਂ ਬੜੀ ਸਿਆਣਤ ਨਾਲ ਹੱਲ ਦੱਸ ਦੇਣਗੇ, ਜੇ ਨਹੀਂ ਹੈਗਾ ਮੈਂ ਤਾਂ ਹੈਗਾ ਹੀ ਕਾਕਾ ਆ, ਮੈਨੂੰ ਕੀ ਪੁੱਛਦੇ ਹੋ? ਕਾਕੇ ਨਾਲ ਦੀ ਵੱਡੀ ਵੱਡੀ ਗੱਲਾਂ ਥੋੜ੍ਹੀ ਕਰੀ ਦੀਆਂ ਹੁੰਦੀਆਂ ਨੇ। ਅੱਛਾ, ਸਰਪੰਚ ਹੋਣ ਦੇ ਨਾਤੇ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ, ਕੀ ਕਹਿਣਾ ਕਰਨਾ ਤੁਹਾਡਾ ਇਸ ਪਿੰਡ ਬਾਰੇ, ਇਸ ਪਿੰਡ ਦੀਆਂ ਤਰੱਕੀਆਂ ਬਾਰੇ, ਔਂਕੜਾਂ ਬਾਰੇ? ਸਾਡਾ ਪਿੰਡ ਅੰਗਰੇਜ਼ਾਂ ਨੇ ਦੱਸ ਹੀ ਦਿੱਤਾ। ਦੇਖੋ, ਤੁਹਾਡੇ ਮੂੰਹੋਂ ਪਤਾ ਲੱਗਣਾ ਅਲੱਗ ਗੱਲ ਹੁੰਦੀ ਹੈ, ਕਿਉਂਕਿ ਲੋਕੀ ਵੀ ਸੁਣਨਾ ਚਾਹੁੰਦੇ ਆ ਕਿ ਸਾਡੇ ਸਰਪੰਚ ਸਾਹਿਬ ਦੀ ਕੀ ਸੋਚ ਆ। ਸਾਡੀ ਸੋਚ ਪਿੰਡ ਬਾਰੇ ਸੀਗੀ, ਜਿੰਨਾ ਸਾਨੂੰ ਆਇਆ ਉਹਨਾਂ ਕਰਤਾ ਹੀ, ਪਿੰਡ 'ਚ ਚੰਗਾ ਹੀ ਕੀਤਾ ਜੀ, ਬਾਕੀ ਤੁਹਾਨੂੰ ਜਨਤਾ ਦੱਸੂਗੀ ਵੀ ਚੰਗਾ ਹੋਇਆ ਕਿ ਮਾੜਾ ਹੋਇਆ। ਜਿੰਨਾ ਕੁ ਸਾਨੂੰ ਆਇਆ ਉਹ 'ਚ ਥੋੜ੍ਹਾ ਜਿਹਾ ਰੱਖਿਆ, ਬਾਕੀ ਸਾਰਾ ਕਰਦਾ ਆਪਾਂ। ਕਿਆ ਬਾਤ ਹੈ, ਤਾਲੀਆਂ ਮਾਰੋ ਬਾਈ ਸਰਪੰਚ ਸਾਹਿਬ ਦੇ ਨਾਲ ਦੀਆਂ। ਇੱਕ ਨਾ ਕਲਾਕਾਰ ਹੈਗਾ ਬਹੁਤ ਵਧੀਆ, ਉਹਦਾ ਨਾਂ ਹੈ ਲਿੰਬਰ ਹੁਸੈਨਪੁਰੀ। ਤੁਸੀਂ ਉਹਦੀ ਵੱਡੀ ਵਰਜਨ ਲੱਗਦੇ ਹੋ ਇਸ ਵੇਲੇ, ਅਤੇ ਇੱਕ ਵਾਰੀ ਕਹਿ ਕੇ ਸੁਣਾ ਦਿਓ, ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨਹੀਂ ਉਹਨੇ ਤੇਰੇ ਯਾਰ ਵੈਰ ਨੇ।
ਹਰਸਤਾ ਨਹੀਂ ਕੋਈ ਨਾ ਬੇਨਤੀ ਦੇਖੋ ਮੈਂ ਤੁਹਾਡਾ ਬੱਚੇ ਵਾਂਗ ਹੈਗਾ ਮੇਰੀ ਗੱਲ ਨਾ ਨੂੰ ਮੋੜਨਾ ਜਿੰਨੇ ਗੱਲ ਦੀ ਕਰਨੀ ਤੇ ਤੇਰੇ ਮਣਕੇ ਉਹਨੇ ਤੇਰੇ ਯਾਰ ਵੈਰ ਨੇ ਐਦਾਂ ਵੀ ਨਹੀਂ ਐਦਾਂ ਵੀ ਨਹੀਂ ਨਹੀਂ ਉਹਨੇ ਤੇਰੇ ਯਾਰ ਵੈਰ ਨੇ ਬਹੁਤ ਵਧੀਆ ਜੀ ਕੀ ਸ਼ੁਭ ਨਾਮ ਹੈ ਜੀ ਆਪ ਜੀ ਸੁਰਜੀਤ ਸਿੰਘ ਜੀ ਕੀ ਕਰਦੇ ਹੋ ਸਿੰਘ ਸਾਹਿਬ ਵਿਹਲੇ ਜੀ ਕੋਈ ਨਹੀਂ ਲੈ ਹੱਦ ਹੋ ਗਈ ਲੋਕੀ ਦੱਸੀ ਜਾਂਦੇ ਕਿ ਤੁਸੀਂ ਪੰਚਾਇਤ ਮੈਂਬਰ ਹੈਗੇ ਹੋ ਤੁਸੀਂ ਜ਼ਿੰਮੇਵਾਰੀ ਬੋੜਨ ਨੂੰ ਰਾਜੀ ਨਹੀਂ ਹੈਗੇ ਕਿ ਮੈਂ ਤਾਂ ਵਿਹਲਾ ਹੀ ਹੈਗਾ ਇੱਦਾਂ ਨਾ ਦੱਸਿਓ ਬਾਈ ਕੀ ਕੁਝ ਕੰਮ ਪੰਚਾਇਤ ਦੇ ਮੈਂਬਰ ਹੋਣ ਦੇ ਨਾਤੇ ਤੁਸੀਂ ਕੀਤੇ ਨੇ ਬਹੁਤ ਵਧੀਆ ਕੀਤਾ ਜੀ ਸਾਡੇ 5 ਸਾਲਾਂ ਦਾ ਜਿੰਨਾ ਅਸੀਂ ਕੀਤਾ ਵਿਕਾਸ ਦਾ ਕੰਮ ਬਹੁਤ ਵਧੀਆ ਕੀਤਾ ਹੈ ਜਿੰਨਾ ਸਾਨੂੰ ਸਰਕਾਰ ਨੇ ਦਿੱਤਾ ਜੀ ਸਾਰਾ ਪੂਰਾ ਹੀ ਕੀਤਾ ਸਾਰਾ ਪੂਰਾ ਹੀ ਕਰਤਾ ਹਾਂਜੀ ਫਿਰ ਸਰਪੰਚ ਪਿੰਡ ਦਾ ਫਾਇਦਾ ਕੀ ਹੋਇਆ ਸਾਰੇ ਪਿੰਡ ਤੇ ਲਾਦਾ ਫਿਰ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਸ਼ੁਭ ਨਾਮ ਹੈ ਆਪ ਜੀ ਦਾ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਜੀ ਆਪ ਕੀ ਕਰਦੇ ਹੋ ਜੀ ਖੇਤੀਬਾੜੀ ਨਾਲ ਜੁੜੇ ਹੋਏ ਹੋ ਮਿਲੇ ਹੈਗੇ ਹੋ ਨਹੀਂ ਜੀ ਰਿਟਾਇਰਡ ਕਰਮਚਾਰੀ ਨੇ ਰਿਟਾਇਰਡ ਕਰਮਚਾਰੀ ਹੈਗੇ ਕਿਸ ਮਹਿਕਮੇ ਨਾਲ ਜੁੜੇ ਰਹੇ ਬਿਜਲੀ ਬੋਰਡ ਜੀ ਬਿਜਲੀ ਬੋਰਡ ਤਾਰਾਂ ਜੋੜ ਦੇ ਰਹੇ ਹੋ ਨਹੀਂ ਫਿਰ ਕਲੈਰੀਕਲ ਸਟਾਫ ਕਲੈਰੀਕਲ ਸਟਾਫ ਹੈ ਡਾਕੂਮੈਂਟੇਸ਼ਨ ਵਾਲਾ ਕੰਮ ਸਾਰਾ ਤੁਹਾਡੇ ਅੰਦਰ ਬਹੁਤ ਵਧੀਆ ਜੀ ਪਿੰਡ ਬਾਰੇ ਕੀ ਕਹਿਣਾ ਆਪਣੇ ਪਿੰਡ ਵਧੀਆ ਸੈੱਟ ਹੈ ਜੀ ਵਧੀਆ ਹਾਂ ਆਪਸ ਚ ਕੋਈ ਰੜਕ ਵੀ ਹੈਗੀ ਹੈ ਪਿਆਰ ਹੈਗਾ ਸਿਰਫ ਨਹੀਂ ਪਿਆਰ ਹੀ ਪਿਆਰ ਹੈ ਸਿਰਫ ਪਿਆਰ ਹੀ ਪਿਆਰ ਹੈ ਬਹੁਤ ਪਿਆਰ ਪਿੰਡ ਦੇ ਵਿੱਚ ਕੋਈ ਕੇਸ ਨਹੀਂ ਹੋਇਆ ਝਗੜੇ ਦਾ ਕੋਈ ਕਤਲ ਨਹੀਂ ਹੋਇਆ ਬਿਲਕੁਲ ਨਹੀਂ ਆਪਣੇ ਕਿਆ ਬਾਤ ਹੈ ਵੀ ਪਿੰਡਾਂ ਵਾਲੇ ਇਸ ਗੱਲ ਨੂੰ ਬੜਾ ਵਧੀਆ ਮੰਨਦੇ ਹੁਣ ਤੱਕ ਕਤਲ ਹੀ ਕੋਈ ਨਹੀਂ ਹੋਇਆ ਮਾਰਾ ਪਿੰਡ ਦੇ ਨਾਲ ਤਾਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸ਼ੁਭ ਨਾਮ ਹੈ ਆਪ ਜੀ ਰਾਮ ਰੱਖਾ ਸਿੰਘ ਨਾਮ ਮੇਰਾ ਜੀ ਤੁਹਾਡੀ ਲਾਜ ਜਿਹੜੀ ਉਹ ਰਾਮ ਨੇ ਰੱਖੀ ਹੋਈ ਹੈ ਗੁਰੂ ਮਹਾਰਾਜ ਦੀ ਬਰਕਤ ਮਰਕ ਸੱਚੇ ਪਾਤਸ਼ਾਹ ਕੀ ਬਾਤ ਉਸ ਦੀ ਰਹਿਮਤ ਹੈ ਦਾਤੇ ਦੀ ਕੀ ਕਰਦੇ ਹੋ ਮੈਂ ਰਿਟਾਇਰਡ ਹਾਂ ਜੀ ਰਿਟਾਇਰਡ ਹੈ ਹਾਂਜੀ ਗਵਰਨਮੈਂਟ ਤੋਂ ਕਾਸ ਤੋਂ ਕੀ ਕਿਹੜੇ ਮਹਿਕਮੇ ਜੁੜੇ ਸਾਡਾ ਇੱਕ ਪ੍ਰਿੰਟਿੰਗ ਸਟੇਸ਼ਨਰੀ ਡਿਪਾਰਟਮੈਂਟ ਸੀਗਾ ਜੀ ਠੀਕ ਜੋ ਸਥਿਤ ਚੰਡੀਗੜ੍ਹ ਹੈ ਉਸ ਦੀਆਂ ਛੋਟੀਆਂ ਛੋਟੀਆਂ ਬ੍ਰਾਂਚਾਂ ਸੀ ਸਾਰੇ ਪੰਜਾਬ ਦੇ ਵਿੱਚ ਮੈਂ ਉੱਥੇ ਕੰਮ ਕਰਦਾ 2009 'ਚ ਰਿਟਾਇਰ ਹੋਇਆ 67 ਸਾਲ ਮੇਰੀ ਉਮਰ ਹੈ ਹੁਣ ਅੱਛਾ ਤੇ ਇੱਦਾਂ ਲੱਗਦਾ ਕਿ ਉਸ ਤੋਂ ਬਾਅਦ ਪੱਕਾ ਸੁਭਾਅ ਬਣਾਇਆ ਹੋਇਆ ਸਮਾਧੀ ਵਾਲਾ ਨਹੀਂ ਸਮਾਧੀ ਵਾਲਾ ਵੀ ਹੈ ਅਤੇ ਸਮਾਧੀ ਵਾਲਾ ਨਹੀਂ ਵੀ ਨਹੀਂ ਕਿਉਂ ਕਿਉਂਕਿ ਪਬਲਿਕ ਸੇਵਾ ਪਬਲਿਕ ਦੇ ਨਾਲ ਤੁਰਨਾ ਪੈਂਦਾ ਪਬਲਿਕ ਦੇ ਨਾਲ ਜਾਣਾ ਪੈਂਦਾ ਹਰ ਚੀਜ਼ ਵਾਸਤੇ ਅੱਛਾ ਚਲੋ ਇੱਕ ਕੰਮ ਕਰਦੇ ਹਾਂ ਦੋਵੇਂ ਚੌਕੜਾ ਲਾ ਕੇ ਬਹਿ ਜਾਂਦੇ ਹਾਂ ਠੀਕ ਹੈ ਜੋ ਮੈਂ ਉਚਾਰਨ ਕਰਦਾ ਰਹੂੰਗਾ ਹਾਂਜੀ ਤੁਸੀਂ ਮੇਰੇ ਮਗਰ ਮਗਰ ਕਰਦੇ ਰਹੋ ਠੀਕ ਹੈ ਹੇ ਪਰਮਾਤਮਾ ਹੇ ਪਰਮਾਤਮਾ ਮੇਰੇ ਨਾਲ ਜਿਹੜਾ ਮੁੰਡਾ ਬੈਠਾ ਮੇਰੇ ਨਾਲ ਜਿਹੜਾ ਮੁੰਡਾ ਬੈਠਾ ਹੈ ਉਹ ਕਿੰਨਾ ਸੋਹਣਾ ਆ ਬਹੁਤ ਸੋਹਣਾ ਲੱਗਦਾ ਹੈ ਅਗਲੇ ਜਨਮ ਦੇ ਵਿੱਚ ਅਗਲੇ ਜਨਮ ਦੇ ਵਿੱਚ ਮੈਨੂੰ ਵੀ ਜਮਾ ਇਹਦੇ ਵਰਗਾ ਸੋਹਣਾ ਬਣਾਈ ਇਹਦੇ ਵਰਗਾ ਨਹੀਂ ਕੇਸ ਦਾੜੀ ਵਾਲਾ ਬਣਾਈ ਮੈਨੂੰ ਇਸ ਗੱਲ ਤੇ ਤਾਲੀ ਅੱਛਾ ਇੱਕ ਹੋਰ ਕਿ ਇਸੇ ਜਨਮ ਦੇ ਵਿੱਚ ਇਸੇ ਜਨਮ ਦੇ ਵਿੱਚ ਇਹਨੂੰ ਇੰਨੀ ਮੱਤ ਦੇ ਦੇਈ ਇਹਨੂੰ ਇੰਨੀ ਮੱਤ ਦੇ ਦੇਈ ਕਿ ਇਹ ਕੇਸ ਦਾੜੀ ਵਾਲਾ ਬਣ ਜੇ ਇਹ ਕੇਸ ਦਾੜੀ ਵਾਲਾ ਹੁਣ ਮਰਦੀ ਆ ਤਾਲੀ ਬਈ ਉਹ ਕਿਹੜੀ ਸ਼ੈ ਹੈਗੀ ਆ ਜਿਹਦੇ ਟੁੱਟਣ ਤੇ ਵੀ ਨਾ ਆਵਾਜ਼ ਨਹੀਂ ਹੁੰਦੀ ਦਿਲ ਦੋਸਤੋ ਪਿੰਡ ਸੰਧਵਾ ਦੇ ਵਿੱਚ ਲੱਗੀ ਹੋਈ ਮਹਿਫਿਲ ਆਪਾਂ ਬਹੁਤ ਇੰਜੋਏ ਕਰ ਰਹੇ ਹਾਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ ਬ੍ਰੇਕ ਤੋਂ ਬਾਅਦ ਮੁੜ ਕੇ ਹਾਜ਼ਰ ਹੋਵਾਂਗੇ ਲੈ ਕੇ ਮਹਿਫਿਲ